सत श्रीकाल दोस्तों, की हाल चाल है जी। स्वागत है मेरे यूट्यूब चैनल ट्रैवल्स विद गुरु दे विच। अज असी तुहानूं लाल टिब्बा लैके जावांगे ते लाल टिब्बे दे बारे ना सारी जानकारी देवांगे कि लाल टिब्बा पैंदा कित्थे आ, मंसूरी तो किन्ने किलोमीटर दूर है अते इत्थे किस तरह पहुँचा जा सकता है, इत्थे इत्थे पहुँचने के किहड़े किहड़े साधन राही तुसीं पहुँच सकदे हो। दोस्तों, लाल टिब्बा ना मंसूरी की बेहद खूबसूरत जगह है, इहदे बारे ना तुहानूं मैं सारी जानकारी देवांगा। ਇਹ ਤੁਸੀਂ ਰੋਡ ਵੀ ਦੇਖ ਸਕਦੇ ਹੋ ਕਿ ਕਿੱਦਾਂ ਦਾ ਰੋਡ ਹੈ, ਇਹ ਵਿਊ ਵੀ ਦੇਖ ਸਕਦੇ ਹੋ ਸਾਰਾ। ਅਤੇ ਦੋਸਤੋ, ਮੈਂ ਤੁਹਾਨੂੰ ਦੱਸਾਂਗਾ ਕਿ ਵੀਡੀਓ ਚੰਗੀ ਲੱਗੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਸ਼ੇਅਰ ਵੀ ਕਰ ਦੇਣਾ, ਅਤੇ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ। ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ, ਦੇਖਦੇ ਰਹੋ ਐਂਡ ਤੱਕ ਸਾਰੀ ਵੀਡੀਓ। ਹੈਗਾ ਲਾਲ ਟਿੱਬਾ ਮਨਸੂਰੀ ਤੋਂ ਨਾ ਤਕਰੀਬਨ ਤੁਹਾਨੂੰ ਆਪਣਾ 13 ਕੁ ਕਿਲੋਮੀਟਰ ਦੂਰੀ 'ਤੇ ਪਵੇਗਾ। ਇਹ ਸਾਰੇ ਦਾ ਸਾਰਾ ਲਾਲ ਟਿੱਬਾ ਹੈ, ਇੱਥੇ ਨਾ ਤੁਸੀਂ ਆਪਣਾ ਪੈਦਲ ਘੁੰਮ ਸਕਦੇ ਹੋ। ਇਹ ਦੇਖ ਸਕਦੇ ਸਾਰੇ ਦਾ ਸਾਰਾ ਲਾਲ ਟਿੱਬਾ, ਅਤੇ ਉਹ ਥੱਲੇ ਕਾਫੀ ਸਨੋਫਾਲ ਵੀ ਹੋਈ ਹੈ। ਮੈਂ ਤੁਹਾਨੂੰ ਇਹਦੀ ਸਨੋਫਾਲ ਵੀ ਦਿਖਾ ਦਿੰਦਾ, ਅਤੇ ਉਹ ਦੇਖ ਸਕਦੇ ਹੋ ਤੁਸੀਂ। 4-5 ਦਿਨ ਪਹਿਲਾਂ ਨਾ ਕਾਫੀ ਸਨੋਫਾਲ ਵੀ ਹੋਈ ਸੀ, ਆਹ ਦੇਖ ਸਕਦੇ ਹੋ ਤੁਸੀਂ ਸਾਰੀ ਦੀ ਸਾਰੀ ਥੱਲੇ ਸਨੋਫਾਲ। ਅਤੇ ਬਾਕੀ ਘੁੰਮਾਉਂਦੇ ਹਾਂ ਲਾਲ ਟਿੱਬਾ, ਦੇਖਦੇ, ਮੈਂ ਵੀ ਫਸਟ ਟਾਈਮ ਹੀ ਆਇਆ, ਅਤੇ ਬਾਕੀ ਵਿਊ ਬਹੁਤ ਅੱਛਾ ਇਹਦਾ, ਤੁਸੀਂ ਸਾਰਾ ਆਲੇ ਦੁਆਲੇ ਦੇਖ ਸਕਦੇ ਹੋ। ਇਹ ਸਾਰੇ ਦਾ ਸਾਰਾ ਨਾ ਇਹਦਾ ਵਿਊ ਹੈਗਾ। ਕਾਫੀ ਖੂਬਸੂਰਤ ਹੈ, ਜੰਗਲ ਦੇ ਵਿੱਚ ਨਾ ਘਿਰਿਆ ਹੋਇਆ ਵੀ ਹੈ, ਇਹ ਸਾਰਾ ਤੁਸੀਂ ਦੇਖ ਸਕਦੇ ਹੋ। ਪੈਦਲ ਰਸਤਾ ਹੀ ਹੈ ਤੁਰਨ ਨੂੰ ਕਾਫੀ, ਅਤੇ ਦੇਖਦੇ ਹਾਂ ਅੱਗੇ ਜਾ ਕੇ ਕਿੰਨਾ ਕੁ ਪੈਦਲ ਰਸਤਾ ਅੱਗੇ ਕੀ ਆ। ਸੁਣਨ ਦੇ ਵਿੱਚ ਤਾਂ ਹੈਗਾ ਕਿ ਕਹਿੰਦੇ ਜੰਨਤ, ਕਹਿੰਦੇ ਉਹਨੂੰ ਲਾਲ ਟਿੱਬਾ, ਕਈਆਂ ਦੀ ਬੜੀ ਮਨਪਸੰਦ ਜਗ੍ਹਾ ਵੀ ਹੁੰਦੀ ਆ, ਮੈਨੂੰ ਬਾਕੀ ਪਤਾ ਨਹੀਂ। ਬਾਕੀ ਦੇਖਦੇ ਹਾਂ ਜਾ ਕੇ, ਤੁਸੀਂ ਨਾ ਨਜ਼ਾਰੇ ਲਵੋ ਮਨਸੂਰੀ ਦੇ, ਮਨਸੂਰੀ ਘੁੰਮਦੇ ਰਹੋ, ਦੇਖਦੇ ਰਹੋ ਬਸ। ਲਾਲ ਟਿੱਬਾ ਨਾ ਇਹਦੇ 'ਤੇ ਜਾਣ ਵਾਸਤੇ ਤੁਹਾਨੂੰ ਤਕਰੀਬਨ ਟੈਕਸੀ ਲੈਣੀ ਪਵੇਗੀ, ਨਹੀਂ ਤਾਂ ਜਿੱਦਾਂ ਤੁਸੀਂ ਆਪਣੀ ਐਕਟੀਵਾ ਵੀ ਰੈਂਟ 'ਤੇ ਲੈ ਲਓ, 500-700 ਰੁਪਏ ਦਾ ਰੈਂਟ ਹੁੰਦਾ, ਉਹ ਤੁਹਾਨੂੰ ਜ਼ਿਆਦਾ ਠੀਕ ਰਹੇਗਾ। ਅਗਰ ਤੁਸੀਂ ਜਿੱਦਾਂ ਮਨਸੂਰੀ ਤੋਂ ਲਾਲ ਟਿੱਬਾ ਜਾਂਦੇ ਹੋ ਤਾਂ ਤੁਹਾਨੂੰ ਉਹਦੇ ਵਾਸਤੇ ਤਕਰੀਬਨ ਮੇ ਬੀ 1200-1500 ਰੁਪਇਆ ਚਾਰਜਿਸ ਟੈਕਸੀ ਦੇ ਲੱਗਣਗੇ। ਅਤੇ ਬਾਕੀ ਠੰਡ ਬਹੁਤ ਜ਼ਿਆਦਾ ਆ, ਮੈਂ ਸੋਚਿਆ ਸੀ ਕਿ ਹਾਫ ਬਾਜੂ ਦੇ ਨਾਲ ਨਾ ਟੀ ਸ਼ਰਟ ਪਾ ਕੇ ਹਾਫ ਬਾਜੂ ਘੁੰਮ ਲਵਾਂਗਾ, ਪਰ ਬਾਬਾ ਇੱਥੇ ਤਾਂ ਬਹੁਤ ਜ਼ਿਆਦਾ ਠੰਡ ਆ, ਬਰਫ਼ ਵੀ ਬੜੀ ਪਈ ਹੋਈ ਆ। ਪਰ ਕਾਫੀ ਖੂਬਸੂਰਤ ਜਗ੍ਹਾ ਤੁਸੀਂ ਦੇਖ ਸਕਦੇ ਹੋ ਸਾਰੀ, ਕਿ ਮਨਸੂਰੀ ਦੀ ਕਾਫੀ ਖੂਬਸੂਰਤ ਜਗ੍ਹਾ ਪੈ ਜਾਂਦੀ ਹੈ ਲਾਲ ਟਿੱਬਾ। ਬਾਕੀ ਅੱਗੇ ਦੇਖਦੇ ਹਾਂ ਕੀ ਕੁਝ, ਇੱਥੇ ਚਰਚ ਵੀ ਹੈਗਾ, ਚਰਚ ਵੀ ਤੁਹਾਨੂੰ ਦਿਖਾਉਂਦੇ ਹਾਂ ਜਾ ਕੇ। ਦੋਸਤੋ, ਜਦੋਂ ਤੁਸੀਂ ਨਾ ਲਾਲ ਟਿੱਬਾ ਘੁੰਮੋਗੇ ਤਾਂ ਘੁੰਮਦੇ ਘੁੰਮਦੇ ਨਾ ਤੁਹਾਨੂੰ ਕੁਛ ਇਸ ਤਰ੍ਹਾਂ ਨਾਲ ਹੋਰਰ ਫੀਲ ਵੀ ਹੋਵੇਗਾ, ਕਿਉਂਕਿ ਜਿਸ ਤਰ੍ਹਾਂ ਦੀ ਇਹ ਸੁੰਨਸਾਨ ਜਗ੍ਹਾ ਹੈ ਅਤੇ ਜਿਸ ਤਰ੍ਹਾਂ ਦਾ ਇੱਥੇ ਕਹਿਣ ਦਾ ਮਤਲਬ ਵਾਤਾਵਰਨ ਆ ਅਤੇ ਜਾਂ ਲੋਕੇਸ਼ਨ ਆ, ਇਹ ਪੂਰੀ ਸੁੰਨਸਾਨ ਹੈਗੀ ਆ। ਇਹ ਨਾ ਤੁਸੀਂ ਘੁੰਮਦੇ ਫਿਰਦੇ ਤੁਹਾਨੂੰ ਇੱਥੇ ਇੱਕ ਕਬਰਿਸਤਾਨ ਵੀ ਮਿਲੇਗਾ, ਜਿੱਥੇ ਕ੍ਰਿਸਚਨ ਭਾਈਚਾਰੇ ਦੇ ਲੋਕ ਇਹ ਆਪਣਾ ਜਦੋਂ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਦਫਨਾਉਂਦੇ ਆ, ਇਹ ਉਹਨਾਂ ਦਾ ਹੈਗਾ ਕਬਰਿਸਤਾਨ, ਆ ਤੁਸੀਂ ਦੇਖ ਸਕਦੇ ਇੱਥੇ ਤੁਹਾਨੂੰ ਨਾ ਕਬਰਿਸਤਾਨ ਦੇਖਣ ਨੂੰ ਵੀ ਮਿਲੇਗਾ ਸਾਰਾ। ਅਤੇ ਫਿਲਹਾਲ ਤਾਂ ਮੇਰੇ ਖਿਆਲ ਨਾਲ ਬੰਦ ਆ, ਨਹੀਂ ਤਾਂ ਮੈਂ ਜਾ ਕੇ ਦੇਖਣਾ ਸੀ। ਅਤੇ ਕਹਿਣ ਦਾ ਮਤਲਬ ਹੈ ਕਿ ਕਾਫੀ ਵਧੀਆ ਵੀ ਜਗ੍ਹਾ, ਸੁੰਨਸਾਨ ਹੈ, ਪੀਸਫੁਲ ਜਗ੍ਹਾ ਹੈ। ਮਨਸੂਰੀ ਦੇ ਨਾਲ ਜ਼ਿਆਦਾ ਬੈਟਰ ਹੈ, ਕਿ ਮਨਸੂਰੀ ਕੀ ਤੁਸੀਂ ਯਾਰ ਮਤਲਬ ਆਪਣਾ ਕੀ ਕਹਿੰਦੇ ਮਾਲ ਰੋਡ ਦੇਖ ਲਓਗੇ, ਮਾਲ ਰੋਡ ਸਾਰਿਆਂ ਦੇ ਸੇਮ ਹੀ ਹੁੰਦੇ ਆ, ਲਾਈਕ ਦੈਟ ਅਸੀਂ ਸ਼ਿਮਲਾ ਘੁੰਮੇ ਹਾਂ, ਮਨਾਲੀ ਘੁੰਮੇ ਹਾਂ, ਨਾ ਮਾਲ ਰੋਡ ਸਾਰਿਆਂ ਦਾ ਹੀ ਸੇਮ ਆ, ਪਰ ਇਹ ਜਿਹੜੀ ਜਗ੍ਹਾ ਪੀਸਫੁਲ ਜਗ੍ਹਾ ਹੁੰਦੀਆਂ ਨੇ, ਜਿਸ ਤਰ੍ਹਾਂ ਅਸੀਂ ਸ਼ਿਮਲੇ ਵਿੱਚ ਨਾਲ ਥੇਰਾ ਗਏ ਸੀ ਤਾਂ ਕਿੰਨੀ ਖੂਬਸੂਰਤ ਜਗ੍ਹਾ ਸੀ, ਅਤੇ ਸੇਮ ਉੱਦਾਂ ਦੀ ਲੋਕੇਸ਼ਨ ਆ, ਦਰਖਤ ਜੇ ਉਹ ਸਾਰਾ ਕੁਛ ਬੜਾ ਹੀ ਖੂਬਸੂਰਤ ਹੈ ਯਾਰ। ਇਹ ਜਿਹੜਾ ਰਸਤਾ ਨਾ ਹੁਣ ਮੈਂ ਤੁਹਾਨੂੰ ਦੱਸਦਾ, ਇਹ ਵੀ ਇੱਕ ਕਬਰਿਸਤਾਨ ਨੂੰ ਜਾਂਦਾ ਹੈ, ਯਾਨੀ ਲਾਲ ਟਿੱਬਾ ਦੇ ਵਿੱਚ, ਅਤੇ ਮੈਨੂੰ ਤਾਂ ਕਾਫੀ ਹੌਂਟਡ ਪਲੇਸ ਵੀ ਲੱਗਦੀ ਪਈ ਆ, ਕਿ ਦੇਖੋਗੇ ਅਤੇ ਹੌਂਟਡ ਪਲੇਸ ਵੀ ਨਾ ਕਾਫੀ ਲੱਗਣ ਦੀ ਆ। ਅਤੇ ਲਾਲ ਟਿੱਬਾ ਮੈਂ ਨਾ ਤੁਹਾਨੂੰ ਦੂਰੋਂ ਹੀ ਦਿਖਾ ਦਿੰਦਾ, ਮੇਰਾ ਨਾ ਦਿਲ ਵੀ ਬੜਾ ਡਰਨ ਲੱਗੇ ਜਾਣ ਨੂੰ ਕਿ ਮੈਂ ਨਹੀਂ ਜਾ ਪਾਊਂਗਾ, ਕਿ ਇਨਫੈਕਟ ਕਿ ਮੈਂ ਨਾ ਇੱਥੇ ਇਕੱਲਾ ਹੀ ਘੁੰਮਣਿਆ ਸੀ ਨਾ ਪਹਿਲਾਂ, ਦੇਖੋ ਕਿੰਨੀ ਹੌਂਟਡ ਪਲੇਸ ਆ, ਕਿ ਇਹ ਲੋਕੇਸ਼ਨ ਦੇ ਵਿੱਚ ਨਾ ਮੈਂ ਇਕੱਲਾ ਹੀ ਘੁੰਮੀ ਆਉਂਦਾ, ਕਿ ਕਿਉਂਕਿ ਦੇਖੋ ਕਿੰਨੀ ਖੂਬਸੂਰਤ ਹੈ। ਹੁਣ ਨਾ ਤੁਹਾਨੂੰ ਦਿਖਾਉਂਦਾ, ਆਹ ਦੇਖੋ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਬਿਲਡਿੰਗ ਬਣੀ ਹੋਈ, ਅਤੇ ਦੂਜਾ ਸਾਹਮਣੇ ਮੈਂ ਤੁਹਾਨੂੰ ਕਬਰ ਵੀ ਦਿਖਾ ਦਾਂ, ਕਿ ਉਹ ਦੇਖੋ, ਹਾਂ 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 ਬਿਲਕੁਲ, ਇਹ ਤੁਸੀਂ ਦੇਖ ਰਹੇ ਹੋ ਕਿ ਇਹ ਨਾ ਬਿਲਕੁਲ ਹੌਂਟਡ ਪਲੇਸ ਲੱਗਦੀ ਪਈ ਇੱਕ ਹਿਸਾਬ ਦੀ। ਅਤੇ ਕੋਸ਼ਿਸ਼ ਕਰਦਾ ਜਾਣ ਦੀ ਦਿਲ ਕਰੇ, ਅਤੇ ਨਹੀਂ ਤਾਂ ਤੁਸੀਂ ਯਾਰ ਇੰਨਾ ਕੀ ਦੇਖ ਲਿਓ ਕਿ ਪਤਾ ਨਹੀਂ ਦਿਲ ਕਰ ਪਵੇ ਕਿ ਨਾ ਕਰ ਪਾਏ। ਫਾਈਨਲ ਨਾ ਦਿਲ ਤਾਂ ਕਰ ਪਿਆ ਸੀ ਜਾਣ ਨੂੰ, ਅਤੇ ਪਹੁੰਚ ਚੁੱਕਿਆ ਹੋਇਆ, ਕਾਫੀ ਡਰਾਵਨੀ ਜਗ੍ਹਾ ਵੀ ਮੈਨੂੰ ਲੱਗਣ ਦੀ ਆ। ਦੇਖੋ
ਤੁਸੀਂ ਦੇਖ ਸਕਦੇ ਹੋ ਕਿ ਕਬਰਸਤਾਨ ਆ ਪੂਰੇ ਦਾ ਪੂਰਾ। ਅਤੇ ਯਕੀਨ ਮੰਨੋ ਮੈਂ ਇਕੱਲਾ ਹੀ ਇਸ ਵੇਲੇ ਇੱਥੇ ਹੈਗਾ ਅਤੇ ਕਾਫੀ ਡਰਾਵਨੀ ਜਗ੍ਹਾ ਵੀ ਮੈਨੂੰ ਬਹੁਤ ਲੱਗਣ ਦੀ ਜੇ ਅਤੇ ਬੁਰਾ ਹਾਲ ਆ ਮੇਰਾ ਸੱਚੀ ਦਿਮਾਗ ਖਰਾਬ ਹੋਇਆ ਪਿਆ ਜੇ ਕਿੱਧਰ ਘੁੰਮਣਿਆ ਮੈਂ ਮੈਨੂੰ ਨਹੀਂ ਪਤਾ ਦਿਮਾਗ ਮੇਰਾ ਸੱਚੀ ਉਹ ਖਰਾਬ ਜੇ ਕਿ ਅੱਜ ਕਿੱਥੇ ਮੈਂ ਆਇਆ ਕਬਰਸਤਾਨ ਦੇ ਬਾਹਰ ਖੜ ਕੇ ਵੀਡੀਓ ਬਣਾ ਲਿਆ। ਅਤੇ ਹੁਣ ਨਾ ਮੇਰੀ ਤੁਹਾਨੂੰ ਐਂਟਰੀ ਪੁਆਇੰਟ ਵੀ ਦੱਸਦਾ ਸ਼ਾਇਦ ਤੁਸੀਂ ਮੰਨੋ ਨਾ ਅਤੇ ਡਰ ਵੀ ਮੈਨੂੰ ਨਾ ਕਾਫੀ ਜ਼ਿਆਦਾ ਲੱਗਣ ਦਿਆ ਕਿ ਕਿਉਂਕਿ ਕੋਈ ਹੈ ਨਹੀਂ ਮੇਰੇ ਆਲੇ ਦੁਆਲੇ ਅਤੇ ਆਹ ਦੇਖੋ ਉਹ ਦੇਖੋ ਸਾਹਮਣੇ ਕਿ ਨਾ ਕਬਰਸਤਾਨ ਵੀ ਮੈਂ ਦੇਖਣ ਦਿਆ ਕਿ ਮਨਸੂਰੀ ਦੇ ਵਿੱਚ ਨਾ ਲਾਲ ਟਿੱਬਰ ਦੇ ਵਿੱਚ ਕਿਹੜੀ ਜਗ੍ਹਾ 'ਤੇ ਆਣ ਕੇ ਹੈਗਾ। ਦੇਖੋ ਮੈਂ ਤੁਹਾਨੂੰ ਜਗ੍ਹਾ ਦਿਖਾ ਦਿੰਦਾ ਕਿ ਉਹ ਦੇਖੋ ਉਹ ਉੱਪਰੋਂ ਅਸੀਂ ਸਪੈਸ਼ਲ ਥੱਲੇ ਤੱਕ ਆਏ ਹਾਂ ਅਤੇ ਇੱਧਰੋਂ ਤੁਸੀਂ ਥੱਲੇ ਦੇਖੋ ਕਿ ਲਾਈਕ ਦੈਟ ਕਿ ਨੀਚੇ ਤੱਕ ਵੀ ਰਸਤਾ ਜਾਣ ਦਿਆਂ ਮੈਂ ਸੱਚੀ ਡਰਿਆ ਹੋਇਆ ਵੀ ਹੈ ਕਿ ਕੀ ਆ ਅਤੇ ਅੰਦਰ ਜਾਣ ਨੂੰ ਦਿਲ ਵੀ ਕਰਨ ਦਿਆਂ ਪਰ ਜਾ ਵੀ ਨਹੀਂ ਪਾ ਰਿਹਾ ਕਿ ਜਾਵਾਂ ਕਿ ਨਾ ਅਤੇ ਹਾਲੇ ਸੋਚਣ ਦਿਆਂ। ਪਰ ਨਾ ਇਹੋ ਜਿਹੀ ਹੌਂਟਿਡ ਪਲੇਸ 'ਚ ਆਉਣ ਦਾ ਮਜ਼ਾ ਵੀ ਆਪਣਾ ਹੀ ਹੁੰਦਾ ਹੈ ਕਿ ਬੰਦਾ ਡਰਿਆ ਸਹਿਮਿਆ ਜਿਹਾ ਰਹਿੰਦਾ ਹੁੰਦਾ। ਅਤੇ ਤੁਸੀਂ ਵੀ ਕਦੀ ਟਰਾਈ ਕਰਿਓ ਯਾਰ ਜਾਇਓ ਤਾਂ ਸਹੀ ਪਰ ਜਾਇਓ ਇੱਦਾਂ ਦੀ ਜਗ੍ਹਾ ਦੇ ਵਿੱਚ ਜਿੱਥੇ ਤੁਸੀਂ ਇਕੱਲੇ ਹੋਵੋ ਕਿ ਆਲੇ ਦੁਆਲੇ ਜੰਗਲ ਹੋਵੇ ਅਤੇ ਵਿੱਚ ਕਬਰਸਤਾਨ ਹੋਵੇ ਫਿਰ ਜਾਇਓ। ਅਤੇ ਦੇਖੀ ਜਾ ਕੇ ਕਿ ਨਾ ਮੈਂ ਅੰਦਰ ਵੀ ਚੱਲਿਆ ਹੀ ਹਾਂ ਕਿ ਕਿਉਂਕਿ ਹੁਣ ਇੰਨੀ ਦੂਰ ਆ ਗਿਆ ਅਤੇ ਬਾਬਾ ਮਿਹਰ ਕਰੇ ਵਾਹਿਗੁਰੂ ਸੱਚੀ ਆ ਡਰ ਜਿਹਾ ਵੀ ਲੱਗਣ ਦਿਆ ਜੇ ਕਿ ਪਤਾ ਨਹੀਂ ਮੈਂ ਕਿਹੜੀ ਜਗ੍ਹਾ ਦੇ ਵਿੱਚ ਆ ਗਿਆ ਹੋਇਆ। ਆਹ ਦੇਖੋ ਇਹ ਨਾ ਕਾਫੀ ਹੌਂਟਡ ਆ। ਨਾ ਦੇਖੋ ਕਿ ਇਹ ਵੀ ਕਿਸੇ ਦੀ ਕਬਰ ਆ ਅਤੇ ਮੈਂ ਇੱਥੇ ਜਾ ਨਹੀਂ ਸਕਦਾ ਨਾ ਮੈਂ ਦੇਖ ਸਕਦਾ। ਇਹ ਵੀ ਇੱਕ ਕਬਰ ਆ ਕਾਫੀ ਪੁਰਾਣੀ ਆ ਨਾ ਥੱਲੇ ਤੱਕ ਮੈਂ ਹੁਣ ਪੌੜੀਆਂ ਵੀ ਉਤਰ ਗਿਆ ਅਤੇ ਥੱਲੇ ਤੱਕ ਹੀ ਕਬਰਸਤਾਨ ਆ ਸਾਰਾ। ਉਹ ਦੇਖੋ ਇਹ ਬਾਬਾ ਮਿਹਰ ਕਰੇ ਭਲਾ ਕਰੇ ਬਾਬਾ। ਅਭੀ ਮੇਰੇ ਖਿਆਲ ਨਾਲ ਕਿਸੇ ਦੀ ਕਬਰ ਹੀ ਲੱਗਦੀ ਪਈ ਹੈ ਮੈਨੂੰ, ਬਾਕੀ ਪਤਾ ਨਹੀਂ ਹੈ ਜੀ। ਕੈਂਡਲਸ ਵੀ ਹੈਗੀਆਂ ਨੇ, ਪਤਾ ਨਹੀਂ ਯਾਰ ਮੈਨੂੰ ਸੱਚੀ ਉਹ ਅਜੀਬ ਜਿਹਾ ਲੱਗਣ ਦਿਆ। ਆਹ ਥੱਲੇ ਵੀ ਦੇਖੋ ਤੁਸੀਂ ਨਾ, ਆਹ ਥੱਲੇ ਮੈਂ ਦਿਖਾਉਣਾ ਤੁਹਾਨੂੰ ਸਾਰਾ ਦਾ ਸਾਰਾ ਕਬਰਸਤਾਨ ਕਿ ਦੋਸਤੋ ਦੇਖੋ ਨਾ ਤੁਸੀਂ ਕਿ ਸੱਚੀ ਹੌਂਟਡ ਪਲੇਸ ਆ ਬਹੁਤ, ਕਿ ਡਰਿਆ ਹੋਇਆ ਵੀ ਆ ਕਿ ਵਾਕਈ ਯਾਰ ਕਿੱਦਾਂ ਜੰਗਲ ਦੇ ਵਿੱਚ ਨਾ ਇਕੱਲਾ ਹੀ ਤੁਹਾਡਾ ਭਰਾ ਕਿੱਥੇ ਆਣ ਕੇ ਵੀਡੀਓ ਬਣਾ ਦਿਆ ਕਿ ਤੁਹਾਨੂੰ ਹੌਂਟਡ ਪਲੇਸ ਦਿਖਾਉਣਾ, ਕਿਉਂਕਿ ਤੁਹਾਨੂੰ ਉਂਝ ਮੈਂ ਬਹੁਤ ਕੁਝ ਦਿਖਾਇਆ ਆ ਲੇਕਿਨ ਨਾ ਅੱਜ ਇਹ ਚੀਜ਼ ਦਿਖਾਉਂਦੇ ਹਾਂ। ਦੇਖੋ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ, ਠੀਕ ਹੈ ਅਤੇ ਅੱਗੇ ਵੀ ਹੈ ਇੱਕ ਨਾ ਤੁਸੀਂ ਆਹ ਦੇਖ ਸਕਦੇ ਹੋ ਥੱਲੇ ਤੱਕ ਹੁੰਦੀਆਂ। ਇਹ ਜਿਹੜੀ ਗ੍ਰੇਵ ਆ ਨਾ ਮੈਨੂੰ ਕਿਸੇ ਬੱਚੇ ਦੀ ਲੱਗਦੀ ਹੈ ਅਤੇ ਅੱਗੇ ਵੀ ਹੈਗੀਆਂ ਤੁਹਾਨੂੰ ਦਿਖਾਉਂਦਾ ਮੈਂ ਕਿ ਇਹ ਨਾ ਤੁਸੀਂ ਦੇਖ ਸਕਦੇ ਹੋ ਕਿ ਉਹ ਦੇਖੋ ਇਹ ਕਾਫੀ ਥੱਲੇ ਤੱਕ, ਹਾਂ ਇਹ ਕਾਫੀ ਥੱਲੇ ਤੱਕ ਬਣੀਆਂ ਹੋਈਆਂ ਨੇ। ਉਹ ਅੱਗੇ ਤੱਕ ਦੇਖ ਸਕਦੇ ਸਾਰੇ ਦਾ ਸਾਰਾ ਤੁਸੀਂ। ਸੀਰੀਅਸਲੀ ਤੁਹਾਨੂੰ ਕਿਸੇ ਹੌਂਟਡ ਪਲੇਸ ਤੋਂ ਘੱਟ ਤਾਂ ਨਹੀਂ ਲੱਗੇਗਾ ਇੱਕ ਇਹ ਵੀ ਜੇ ਯਾਰ ਤੁਸੀਂ ਜਦੋਂ ਵੀ ਮਨਸੂਰੀ ਆਵੋ ਲਾਲ ਟਿੱਬਾ ਆਵੋ ਯਾਰ ਇੱਕ ਵਾਰੀ ਨਾ ਜ਼ਰੂਰ ਇੱਧਰ ਹੋ ਕੇ ਜਾਇਓ ਕਿ ਤੁਹਾਨੂੰ ਵੀ ਪਤਾ ਲੱਗੇਗਾ। ਹਾਂ ਦੋਸਤੋ ਇਹ ਨਾ ਇੱਕ ਇਹ ਵੀ ਗ੍ਰੇਵ ਹੈਗੀ ਹੈ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਦੇ ਨਾਲ ਬਣਾਈ ਗਈ ਹੈ ਤੁਹਾਨੂੰ ਮੈਂ ਦਿਖਾਉਂਦਾ ਕਿ ਕਾਫੀ ਨਾ ਚਲੋ ਜਿਨ੍ਹਾਂ ਦੀ ਵੀ ਗ੍ਰੇਵ ਕਾਫੀ ਖੂਬਸੂਰਤੀ ਦੇ ਨਾਲ ਬਣਾਈ ਗਈ। ਉੱਪਰ ਤੱਕ ਦੇਖੋ ਕਿੰਨੀ ਵੱਡੀ ਅਤੇ ਕਿੰਨੀ ਸੋਹਣੀ ਬਣਾਈ ਗਈ ਹੋਈ ਹੈ।